ਮੈਂ ਵੀ ਉਹ ਦੇਖਿਆ ਨਾ ਕਿ ਜਿਹੜਾ ਸੱਚ ਹੁੰਦਾ ਉਹ ਸੱਚ ਕੜਵਾ ਹੁੰਦਾ ਵਾ, ਅਤੇ ਜਿਹੜਾ ਸੱਚ ਨਾ ਉਹ ਹਰ ਬੰਦੇ ਨੂੰ ਪਚਦਾ ਨਹੀਂ। ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਸੱਚਾਈ ਤੋਂ ਦੂਰ ਭੱਜਦੇ ਆ। ਕਿਉਂ ਦੂਰ ਭੱਜਦੇ ਆ ਸੱਚਾਈ ਤੋਂ? ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਝੂਠ ਮਾਰ ਮਾਰ ਗੁਜ਼ਾਰੀ ਹੁੰਦੀ ਹੈ, ਅਤੇ ਝੂਠੇ ਨਾਲ ਹੀ ਉਹਨਾਂ ਨੂੰ ਚੱਲਣਾ ਚੰਗਾ ਲੱਗਦਾ ਵਾ, ਅਤੇ ਸੱਚਾਈ ਤੋਂ ਦੂਰ ਭੱਜਦੇ ਆ, ਸੱਚਾਈ ਤੋਂ ਨਫ਼ਰਤ ਕਰਦੇ ਆ। ਅਤੇ ਮੈਨੂੰ ਵੀ ਦੇਖੋ ਕਿ ਜਿਹੜੀ ਸੱਚਾਈ ਨਾ ਉਹ ਜਿੰਨੀ ਦੇਰ ਮਰਜ਼ੀ ਉਹਨੂੰ ਦਬਾ ਕੇ ਰੱਖਿਆ ਜਾਵੇ ਨਾ, ਉਹ ਹਮੇਸ਼ਾ ਜਦੋਂ ਵੀ ਆਉਂਦੀ ਹੈ ਉੱਭਰ ਕੇ ਤਾਂ ਹੀ ਆਉਂਦੀ ਹੈ। ਉਹਨੂੰ ਸੱਚ ਜ਼ਿਆਦਾਤਰ ਛੁਪਦਾ ਨਹੀਂ ਗਾ। ਅਊਜ਼ ਬਿਲਾਹਿ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹ। ਉਮੀਦ ਕਰਦਾ ਮੇਰੇ ਬਿਆਨ ਸਾਹਿਬ ਠੀਕ ਹੋਣਗੇ। ਅਲਹਮਦੁਲਿਲਾ ਅਲਹਮਦੁਲਿਲਾ ਬਿਆਨ ਸਾਹਿਬ ਠੀਕ ਹਾਂ। ਸਾਡੀਆਂ ਦੁਆਵਾਂ ਨੇ, ਸਾਡੀ ਦੁਆਵਾਂ ਅੱਲਾਹ ਪਾਕ ਸਾਡੇ ਦੇਖ ਮੇਰੇ ਬੰਦੇ ਨੂੰ ਜਿਹੜੇ ਸਾਨੂੰ ਸਪੋਰਟ ਕਰਦੇ, ਅੱਲਾਹ ਪਾਕ ਉਹਨੂੰ ਤੰਦਰੁਸਤੀ ਸਿਹਤ ਦੇਵੇ, ਆਪਣੇ ਹਿਫਜ਼ ਮਾਨ 'ਚ ਰੱਖੇ। ਅੱਲਾਹ ਪਾਕ ਫਲਸਤੀਨੀ ਬਿਆਨ ਬੀਆਂ ਦੀ ਰੱਬ ਤੋਂ ਮਦਦ ਕਰੇ, ਅੱਲਾਹ ਪਾਕ ਉਹਨਾਂ ਨੂੰ ਆਜ਼ਾਦੀ ਦੀ ਦੌਲਤ ਨਾਲ ਮਾਰਾ ਮਦਦ ਕਰੇ। ਆਮੀਨ ਸੁਮਾ ਆਮੀਨ। ਇੱਕ ਹੋਰ ਪਹਿਲੀ ਦੁਆਵਾਂ ਕਰਦੇ ਹਾਂ ਆਪਣੀ ਵੀਡੀਓ ਦਾ ਆਗਾਜ਼। ਮੈਂ ਹੂੰ ਤੁਹਾਡਾ ਬਾਈ ਮੁਹੰਮਦ ਅਰਸਲਾਨ, ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਮੁਹੰਮਦ ਦਾਨਿਸ਼ ਵਲੌਗ। ਅਸੀਂ ਫਜ਼ੂਲ ਲੋਕ ਹਾਂ, ਕਿਸ ਤਰ੍ਹਾਂ ਕਿ ਅਸੀਂ ਆਪਣੀਆਂ ਫੈਮਿਲੀਆਂ ਨੂੰ ਨਾ, ਅਸੀਂ ਫਜ਼ੂਲ ਲੋਕ ਹਾਂ, ਅਸੀਂ ਬਗੈਰਤੀਆਂ ਨਹੀਂ ਕਰਦੇ। ਅਸੀਂ ਫਜ਼ੂਲ ਲੋਕ ਹਾਂ ਕਿਉਂਕਿ ਅਸੀਂ ਆਪਣੀਆਂ ਫੈਮਿਲੀਆਂ ਨੂੰ ਟਿਕਟੋਕ 'ਤੇ ਨਹੀਂ ਬਗੈਰਤੀ ਖਿਲਾਉਣ ਵਾਸਤੇ ਲੈ ਕੇ ਆਉਂਦੇ। ਅਸੀਂ ਫਜ਼ੂਲ ਲੋਕ ਹਾਂ ਕਿਉਂਕਿ ਅਸੀਂ ਸੱਚ ਦਾ ਸਾਥ ਦਿੰਦੇ, ਅਸੀਂ ਕਦੀ ਕਿਸੇ ਨਾਲ ਜ਼ਿਆਦਤੀ ਨਹੀਂ ਕੀਤੀ। ਠੀਕ ਹੈ, ਅਸੀਂ ਫਜ਼ੂਲ ਲੋਕ ਹਾਂ ਕਿਉਂਕਿ ਅਸੀਂ ਹਮੇਸ਼ਾ ਸੱਚ ਹੀ ਸਾਹਮਣੇ ਲੈ ਕੇ ਆਉਂਦਾ। ਜਿਸ ਤਰ੍ਹਾਂ ਦੇ ਅਸੀਂ ਹੈਗੇ ਹਾਂ ਉਸ ਤਰ੍ਹਾਂ ਹੀ ਅਸੀਂ ਸਾਹਮਣੇ ਆਏ ਹਾਂ, ਚਾਹੇ ਅਸੀਂ ਲੱਖ ਹਾਂ ਚਾਹੇ ਕੱਖ ਹਾਂ, ਅਸੀਂ ਫਜ਼ੂਲ ਲੋਕ ਹਾਂ। ਅਤੇ ਹੈਰਾਨਗੀ ਉਨ ਲੋਕਾਂ 'ਤੇ ਆ ਜਿਹੜੇ ਕਿ ਬੇਹਯਾਈ ਨੂੰ ਪ੍ਰਮੋਟ ਕਰਦੇ ਆ, ਅਤੇ ਸਾਨੂੰ ਆਖਦੇ ਆ ਤੁਸੀਂ ਫਜ਼ੂਲ ਲੋਕ ਹੋ, ਸਾਨੂੰ ਹੀ ਆਖਦੇ ਨਾ ਕਿ ਤੁਸੀਂ ਫਜ਼ੂਲ ਲੋਕ। ਬਾਕੀ ਕੁਛ ਵੇਖਿਆ ਜਾਵੇ ਨਾ ਤਾਂ ਸਭ ਤੋਂ ਜ਼ਿਆਦਾ ਨਾ ਐਸੇ ਬੇਸ਼ਰਮੀ 'ਤੇ ਲੈ ਕੇ ਜਾਣ ਵਾਲੇ ਲੋਕ ਜਿਹੜੇ ਉਸ ਬੰਦੇ ਨੂੰ ਬੇਸ਼ਰਮੀ 'ਤੇ ਵੱਲ ਲੈ ਕੇ ਜਾਂਦੇ ਆ, ਉਹਨੂੰ ਪ੍ਰਮੋਟ ਕਰਦੇ ਆ, ਕਿਉਂਕਿ ਉਹ ਉਹਨੂੰ ਉਹਦੀ ਬੇਹਯਾਈ ਨੂੰ ਪ੍ਰਮੋਟ ਕਰਦੇ ਆ। ਠੀਕ ਆ, ਬੇਹਯਾਈ ਨੂੰ ਪ੍ਰਮੋਟ ਕਰਦੇ ਆ, ਉਹ ਜਿਵੇਂ ਦੀ ਚੱਪਲ ਮਾਰੇ ਉਹਨੂੰ ਗਾਂਧੀਆਂ ਪ੍ਰਮੋਟ ਕਰ ਦਿੰਦੇ ਆ। ਅਸੀਂ ਫਜ਼ੂਲ ਲੋਕ ਹਾਂ ਇਹਨ ਬਈ ਉਹ ਕਿ ਅੱਗੇ ਤਾਂ ਮੈਨੂੰ ਸੀਗਾ ਡਾਊਟ ਸੀਗਾ, ਮੈਂ ਕਾਫੀ ਦੇਰ ਤੋਂ ਵਲੌਗ ਬਣਾ ਰਿਹਾ ਸੀਗਾ ਅਤੇ ਮੈਨੂੰ ਡਾਊਟ ਸੀਗਾ। ਮੈਨੂੰ ਕਹਿ ਰਹੇ ਸੀਗੇ ਕਿ ਨਾ, ਮੈਂ ਕਿਹਾ ਸ਼ਾਇਦ ਕੋਈ ਹੋਵੇ, ਕੋਈ ਪਤਾ ਨਹੀਂ ਮੇਰੇ ਤੋਂ ਕੋਈ ਦਵਾ ਹਸਦ ਕਰਦਾ ਵਾ ਜਾਂ ਐਵੇਂ ਦਾ ਕੋਈ ਮਸਲਾ ਮਸਾਇਲ ਆ। ਫਿਰ ਮੈਨੂੰ ਮੁਕੰਮਲ ਪਤਾ ਚੱਲਿਆ ਫਿਰ ਇਸ ਚੀਜ਼ ਦਾ ਨਾ ਮੁਕੰਮਲ ਅੱਗੇ ਯਾਨੀ ਕਿ ਮੈਨੂੰ ਸ਼ੱਕ ਸੀਗਾ, ਹੁਣ ਮੈਨੂੰ ਪੱਕਾ, ਹੁਣ 100% ਨਾ, ਜਿਸ ਤਰ੍ਹਾਂ ਕਿ
ਵੈਸੇ ਵੈਸੇ ਦੇਖੋ ਕਿ ਵੈਸੇ ਕਿੰਨੀਆਂ ਦੁਆਵਾਂ ਕਰਦੇ ਆ, ਕਿੰਨੀਆਂ ਦੁਆਵਾਂ ਕਰਦੇ ਔਲਾਦ ਵਾਸਤੇ, ਆਪਣੀ ਔਲਾਦ ਵਾਸਤੇ ਦੁਆਵਾਂ ਕਰਦੇ ਕਿ ਅੱਲਾਹ ਪਾਕ ਸਾਨੂੰ ਔਲਾਦ ਦੇਵੇ, ਅਤੇ ਜਿਨ੍ਹਾਂ ਨੂੰ ਅੱਲਾਹ ਪਾਕ ਨੇ ਦਿੱਤੀ ਹੋਈ ਆ ਉਹਨਾਂ ਕੋਲੋਂ ਹਸਦ ਕਰਦੇ ਆ, ਠੀਕ ਹੈ, ਉਹਨਾਂ ਕੋਲੋਂ ਹਸਦ ਕਰਦੇ ਆ, ਉਸ ਬਾਅਦ ਉਹਨਾਂ ਦੀ ਔਲਾਦ ਵਾਸਤੇ ਬਦਦੁਆਵਾਂ ਕਰਦੇ ਆ, ਅੱਲਾਹ ਮਾਫ਼ੀ। ਇਹ ਚੀਜ਼ ਨਾ ਇਹ ਸੋਚ ਤੋਂ ਬਾਲਾ ਤਾਰਾ, ਕਿਉਂਕਿ ਅਸੀਂ ਕਦੀ ਉਹਨਾਂ ਵਾਸਤੇ ਬਦਦੁਆ ਨਹੀਂ, ਉਹਨਾਂ ਉਹਨੂੰ ਕਦੀ ਬਦਦੁਆ ਦਿੱਤੀ, ਅਸੀਂ ਹਮੇਸ਼ਾ ਵੀ ਸਾਡਾ ਵੈਰੀ ਦੁਸ਼ਮਣ ਵੀ ਨਾ ਸੀ, ਉਹਨੂੰ ਵੀ ਹਮੇਸ਼ਾ ਦੁਆ ਦਿੱਤੀ ਹੈ ਕਿ ਅੱਲਾਹ ਪਾਕ ਨੇ ਤੈਨੂੰ ਔਲਾਦ ਨਹੀਂ ਦਿੱਤੀ, ਅੱਲਾਹ ਪਾਕ ਤੈਨੂੰ ਔਲਾਦ ਦੇਵੇ ਤਾਂ ਕਿ ਤੈਨੂੰ ਤੂੰ ਜੋ ਦੁਨੀਆ 'ਤੇ ਕੀਤਾ ਵਾ ਤੂੰ ਤਾਂ ਕਿ ਤੈਨੂੰ ਪਤਾ ਚੱਲੇ, ਤੂੰ ਇੱਥੋਂ ਭੁਗਤ ਕੇ ਜਾਵੇਂ ਜੋ ਤੂੰ ਆਪਣੇ ਤੂੰ ਜੋ ਜੋ ਤੂੰ ਆਪਣੀ ਮਾਂ ਨਾਲ ਕੀਤਾ ਵਾ, ਠੀਕ ਹੈ, ਅਤੇ ਜੋ ਜੋ ਤੂੰ ਆਪਣੇ ਜਿਹੜੇ ਤੇਰੇ ਨਾਲ ਤੇਰੇ ਅਜ਼ੀਜ਼ ਸੀਗੇ, ਤੇਰੇ ਨਾਲ ਅਟੈਚ ਸੀਗੇ, ਤੇਰੇ 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 ਨਾਲ ਅੱਛੇ ਸਹੀ ਦਿਲ ਨਾਲ ਟੁੱਟ ਸਾਫ਼ ਨਹੀਂ ਇੱਦਾਂ ਟੁਰੇ ਸੀ, ਉਹਨਾਂ ਨਾਲ ਕੀਤਾ ਤੂੰ, ਔਲਾਦ ਬਾਰੇ ਬੁਰੇ ਬੁਰੇ ਕਮੈਂਟ, ਔਲਾਦ ਲੋਕਾਂ ਦੀਆਂ ਔਲਾਦਾਂ ਨੂੰ ਬਦਦੁਆਵਾਂ ਦੇਣੀਆਂ, ਅਤੇ ਮੁੜ ਕੇ ਯੂਟਿਊਬ ਦੇ ਉੱਪਰ ਮਾਸੂਮਾਨਾ ਚਿਹਰਾ ਲੈ ਕੇ ਆ ਜਾਣਾ ਕਿ ਮੈਂ ਮਾਸੂਮ ਹਾਂ। ਜਿਹੜੇ ਜਿਹੜੇ ਮੈਨੂੰ ਕਮੈਂਟ ਕਰਦੇ ਆ ਕਿ ਅਸੀਂ ਫਜ਼ੂਲ ਹਾਂ, ਤੁਸੀਂ ਦੇਖੋ ਕਿ ਜਿਨ੍ਹਾਂ ਨੇ ਬੇਹਜਾਈ ਨੂੰ ਪ੍ਰਮੋਟ ਕੀਤਾ ਵਾ ਉਹ ਕੀ ਨੇ। ਅਸੀਂ ਬੇਹਜਾਈ ਨੂੰ ਪ੍ਰਮੋਟ ਤਾਂ ਨਹੀਂ ਕਰਦੇ ਨਾ, ਹਮੇਸ਼ਾ ਸਾਫ਼ ਸੁਥਰੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਈ ਦੀ ਹੈ, ਇਸ ਵਾਸਤੇ ਅਸੀਂ ਫਜ਼ੂਲ ਲੋਕ ਹਾਂ। ਸੋਚ ਤੋਂ ਗੱਲ ਨਾ ਬਾਲਾ ਤਾਰਾ ਕਿ ਸਭ ਤੋਂ ਜਿਹੜਾ ਸੌਖਾ ਹੱਲ ਨਾ ਇਸ ਪਲੇਟਫਾਰਮ 'ਤੇ ਵਾਇਰਲ ਹੋਣ ਦਾ ਸਭ ਤੋਂ ਸੌਖਾ ਹੱਲ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਹੈਗਾ ਵਾ। ਸਭ ਤੋਂ ਸੌਖਾ ਹੱਲ ਪਤਾ ਕੀ ਹੈ ਇਸ ਪਲੇਟਫਾਰਮ 'ਤੇ ਵਾਇਰਲ ਹੋਣ ਦਾ, ਕਿ ਕਿਸੇ ਵੀ ਗਰੀਬ ਨੂੰ ਦੇਖੋ, ਉਹਨੂੰ ਤੁਸੀਂ ਸਪੋਰਟ ਕਰੋ, ਸਪੋਰਟ ਕਰਨ ਤੋਂ ਬਾਅਦ ਜਦੋਂ ਵੇਖਿਆ ਕਿ ਉਹਦੇ ਹਾਲਾਤ ਥੋੜ੍ਹੇ ਸਹੀ ਹੋਣ ਲੱਗ ਪਏ ਆ, ਉਸ ਤੋਂ ਬਾਅਦ ਉਸ ਬੰਦੇ ਨੂੰ ਤੁਸੀਂ ਬਦਨਾਮ ਕਰਨਾ ਸਟਾਰਟ ਕਰ ਦਿਉ, ਬਦਨਾਮ ਕਰਨਾ ਸਟਾਰਟ ਕਰ ਦਿਉ, ਉਹਦੇ ਘਰ ਵਾਲਿਆਂ ਨੂੰ ਗਾਲੀਆਂ ਦੇ ਕੇ ਨੈਟ 'ਤੇ ਚਾੜਨੀਆਂ ਸਟਾਰਟ ਕਰ ਦਿਉ, ਉਹਨਾਂ ਦੇ ਬੱਚਿਆਂ ਨੂੰ ਬਦਦੁਆਵਾਂ ਦੇਣੀਆਂ ਸਟਾਰਟ ਕਰ ਦਿਉ। ਯੂਜ਼ਰ ਜੀ ਜਿਹੜੀ ਆਈ ਡੀ ਸੀ ਨਾ ਉਹਦਾ ਜਿਹੜਾ ਮੈਂ ਕਮੈਂਟ ਤੁਹਾਨੂੰ ਸ਼ੇਅਰ ਕੀਤਾ ਵਾ, ਹਾਲੇ ਮੈਂ ਥੱਲੋਂ ਅੱਧਾ ਕਰੋਪ ਕੀਤਾ ਹੋਇਆ ਵਾ, ਅੱਧਾ ਮੈਂ ਵਿੱਚੋਂ ਕਰੋਪ ਕੀਤਾ ਵਾ, ਕਰੋਪ ਕਰਕੇ ਮੈਂ ਤੁਹਾਨੂੰ ਸ਼ੇਅਰ ਕੀਤਾ ਵਾ। ਥੱਲੇ ਇਸ ਜ਼ਲੀਲ ਨੇ ਮੇਰੀ ਭੈਣ ਵਾਸਤੇ ਬਹੁਤ ਬਹੁਤ ਗਲਤ ਜ਼ਬਾਨ ਇਸਤੇਮਾਲ ਕੀਤੀ ਹੋਈ ਹੈ। ਦੇਖੋ ਕਿ ਜਿਹੜਾ ਇਨਸਾਨ ਆਪਣੀ ਭੈਣ ਨੂੰ ਇੱਜ਼ਤ ਨਹੀਂ ਦੇ ਸਕਦਾ, ਉਹਨੇ ਕਿਸੇ ਦੀ ਧੀ ਭੈਣ ਨੂੰ ਇੱਜ਼ਤ ਕੀ ਦੇਣੀ ਹੈ। ਥੱਲੇ ਮੇਰੀ ਸਿਸਟਰ ਵਾਸਤੇ ਇਸ ਇਨਸਾਨ ਨੇ ਬਹੁਤ ਹੀ ਗਲਤ ਜ਼ਬਾਨ ਇਸਤੇਮਾਲ ਕੀਤੀ ਹੋਈ ਸੀਗੀ, ਠੀਕ ਨਾ। ਅਤੇ ਇਹ ਜਿਹੜਾ ਕਮੈਂਟ ਕਰਨ ਵਾਲਾ ਬੰਦਾ ਵਾ ਇਹ ਕੋਈ ਹੋਰ ਨਹੀਂ ਗਾ, ਇਹ ਅਲੀ ਵੀਰ ਆ, ਇਹ ਅਲੀ ਵੀਰ ਆ, ਅਲੀ ਵੀਰ ਦੀ ਆਈ ਡੀ ਆ, ਠੀਕ ਨਾ, ਅਲੀ ਵੀਰ ਦੀ ਆਈ ਡੀ ਆ। ਜਿਹੜੇ ਭੈਣ ਭਾਈ ਵੀ ਕਹਿ ਰਹੇ ਸੀ ਨਾ ਕਿ ਸਾਨੂੰ ਇਸ ਚੀਜ਼ 'ਤੇ ਡਾਊਟ, ਸਾਨੂੰ ਇਸ ਚੀਜ਼ ਨਹੀਂ ਕਲੀਅਰ ਹੋ ਰਹੀ, ਅਸੀਂ ਨਹੀਂ ਮੰਨਦੇ ਇਸ ਚੀਜ਼ ਨੂੰ, ਤੁਸੀਂ ਨਹੀਂ ਨਹੀਂ ਮੰਨੋ, ਤੁਸੀਂ ਤਾਂ ਕੋਈ ਚੀਜ਼ ਵੀ ਨਹੀਂ ਮੰਨਦੇ ਹੈਗੇ, ਤੁਸੀਂ ਤਾਂ ਕੋਈ ਚੀਜ਼ ਵੀ ਨਹੀਂ ਮੰਨਦੇ ਹੈ, ਠੀਕ ਹੈ। ਜਿਸ ਤਰ੍ਹਾਂ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਅਲਫ ਤੋਂ ਚੱਲ ਗਈ ਜੇ ਤੱਕ ਜੋ ਵੀ ਕੱਟੇ ਕੱਟੀਆਂ ਖੁੱਲ੍ਹੇ ਗਏ ਜਾਂ ਕੁਛ ਕਿਸੇ ਤੁਸੀਂ ਹਜੇ ਵੀ ਨਹੀਂ ਮੰਨਦੇ, ਨਹੀਂ ਮੰਨਦੇ ਨਾਮ ਨੂੰ।
ਬਹੁਤ ਗਲਤ ਸਮਾਨ ਪੈਣ ਵੀ ਇਸਤੇਮਾਲ ਕੀਤੀ ਗਈ ਸੀ ਆਪੀ ਵਾਸਤੇ, ਜਿਹੜਾ ਮੈਂ ਥੱਲੋਂ ਕਮੈਂਟ ਕਰੋਪ ਕੀਤਾ ਵਾ ਕਿ ਫਿਰ ਠੀਕ ਨਾ। ਤੁਸੀਂ ਸੋਚੋ ਕਿ ਜਿਹੜਾ ਆਪਣਿਆਂ ਨੂੰ, ਜਿਹੜਾ ਆਪਣੀ ਫੈਮਿਲੀ ਨੂੰ ਜਾਂ ਆਪਣੀ ਮਾਂ ਭੈਣ ਨੂੰ ਇੱਜ਼ਤ ਨਹੀਂ ਦੇ ਸਕਦਾ, ਉਹ ਕਿਸੇ ਨੂੰ ਇੱਜ਼ਤ ਕੀ ਦੇਵੇਗਾ? ਉਹਨੇ ਕਿਸੇ ਨੂੰ ਇੱਜ਼ਤ ਨਹੀਂ ਦੇਣੀ ਗੀ। ਇਹ ਤੁਹਾਡੇ ਵਹਿਮ ਆ, ਇਹ ਤੁਹਾਡੀਆਂ ਗਲਤ ਫਹਿਮੀਆਂ ਵਾ। ਕਹਿੰਦੇ ਨਾ ਕਿ ਕੁੱਤੇ ਦੀ ਪੂਛ ਨਾ 100 ਸਾਲ ਵੱਟੇ ਥੱਲੇ ਰੱਖੀ ਰੱਖੀਏ ਨਾ, ਅਤੇ ਉਹ ਨਾ ਸਿੱਧੀ ਨਹੀਂ ਹੁੰਦੀ, ਉਹ ਡਿੰਗੀ ਰਹਿੰਦੀ ਹੈ। 100 ਸਾਲ ਬਾਅਦ ਵੀ ਕੱਢੋਗੇ ਨਾ ਵੱਟੇ ਥੱਲੋਂ, ਉਹ ਡਿੰਗੀ ਰਹੇਗੀ। ਮੈਂ ਸੋਚਿਆ ਸੀਗਾ, ਮੈਂ ਸਹੀ ਸੋਚਦਾ ਸੀ ਯਾਰ, ਇਹ ਬੰਦਾ ਕਦੀ ਸਿੱਧਾ ਹੋ ਜਾਊਗਾ, ਕਦੀ ਬੰਦੇ ਦਾ ਬੱਚਾ ਬਣ ਜਾਏਗਾ, ਕਦੀ ਕਦੀ ਬਣ ਜਾਏਗਾ। ਠੀਕ ਹੈ, ਪਿਛਲੇ ਦਿਨਾਂ 'ਚ ਵੀ ਮੈਂ ਦੇਖੋ, ਮੈਂ ਸਾਰੀ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਇਆ, ਜੋ ਸੱਚ ਝੂਠ ਸੀ ਮੈਂ ਸਾਹਮਣੇ ਲੈ ਕੇ ਆਇਆ। ਠੀਕ ਹੈ, ਕਿੰਨੀ ਦੇਰ ਆਪੀ ਜਮਾ ਹੋ ਰਿਹਾ, 22 ਸ਼ਹਿਰ ਦਾ ਪੈਸਾ ਖਾਧਾ ਇਹਨਾਂ ਲੋਕਾਂ ਨੇ, ਕਿਤਨਾ ਪੈਸਾ ਖਾਧਾ ਇਹਨਾਂ ਨੇ। ਠੀਕ ਹੈ, ਬਾਹਰੋਂ ਸਾਡੀਆਂ ਭੈਣਾਂ ਨੇ ਸਾਨੂੰ ਫੋਨ ਕਰਕੇ ਖੁਦ ਦੱਸਿਆ ਕਿ ਆਪੀ ਉਜ਼ਮਾ ਦੇ ਘਰ ਵਾਸਤੇ 10-10 ਲੱਖ, 20-20 ਲੱਖ, 20-20 ਲੱਖ ਲੱਖ ਰੁਪਏ ਤੱਕ ਭੇਜਿਆ। ਠੀਕ ਹੈ, ਕਿੱਥੇ ਗਏ ਉਹ? ਇਹਨਾਂ ਨੇ ਆਪਣੇ ਆਪਣੇ ਅਕਾਊਂਟ 'ਚ ਮੰਗਵਾ ਕੇ ਆਪ ਹੀ ਖਾਧੇ, ਉਲਟਾ ਉਹਨਾਂ ਕੋਲੋਂ ਉਹਨਾਂ ਦੇ ਘਰ ਦੇ ਪੈਸੇ ਵੀ ਲੈ ਲਏ। ਉਸ ਤੋਂ ਬਾਅਦ ਜਿਹੜੀ ਚੈਨਲ ਦੀ ਇੰਨੀ ਇਨਕਮ ਸੀ ਉਹ ਵੀ ਆਪ ਹੀ। ਜਿਹੜੇ ਬੰਦੇ ਵੀ ਉਹਨਾਂ ਦੀ ਫੇਵਰ 'ਚ ਗੱਲ ਕਰਦੇ ਨਾ, ਉਹ ਜ਼ਰਾ ਇੱਕ ਦਫ਼ਾ ਬੈਕ 'ਤੇ ਝਾਤੀ ਮਾਰਨ, ਬੈਕਗਰਾਊਂਡ 'ਤੇ ਨਾ ਜ਼ਰਾ ਇੱਕ ਵਾਰੀ ਝਾਤੀ ਮਾਰਨ, ਫਿਰ ਆ, ਕਿਉਂਕਿ ਅਸੀਂ ਅਲਫ ਤੋਂ ਚੱਲ ਕੇ ਜੇ ਤੱਕ ਸਭ ਇਹਨਾਂ ਦਾ ਇਹ ਸਭ ਕੁਝ ਜਾਣਦੇ ਹਾਂ। ਦੇਖੋ ਕਿ ਇੱਜ਼ਤਦਾਰ ਉਹੀ ਹੁੰਦਾ ਜਿਹੜਾ ਦੂਸਰੇ ਨੂੰ ਇੱਜ਼ਤ ਦੇਵੇ। ਅਲਹਮਦੁਲਿਲਾ ਮਾਲਕ ਨੇ ਮਾੜੇ ਕਾਰਜ ਪੈਦਾ ਕੀਤਾ, ਲੇਕਿਨ ਅਲਹਮਦੁਲਿਲਾ ਇੱਜ਼ਤਦਾਰ ਹੈਗੇ ਹਾਂ, ਆਪਣੇ ਅੰਦਰ ਗੈਰਤ ਰੱਖਦੇ ਹਾਂ। ਠੀਕ ਹੈ, ਸਾਡੇ ਅੰਦਰ ਗੈਰਤ ਨਾ ਹੁੰਦੀ ਨਾ, ਅਤੇ ਹੁਣ ਸਾਡੀਆਂ ਫੈਮਲੀਆਂ ਵੀ ਟਿਕਟੋਕ 'ਤੇ ਜਿਵੇਂ ਇਹ ਕਰਦੇ, ਇਸ ਤਰ੍ਹਾਂ ਅਸੀਂ ਸਾਡੀਆਂ ਫੈਮਲੀਆਂ ਵੀ ਚੜੀਆਂ ਹੋਣੀਆਂ ਸੀ। ਪੈਸਾ ਹੀ ਹਰ ਚੀਜ਼ ਨਹੀਂ ਹੁੰਦੀ, ਅਤੇ ਇਸ ਤਰ੍ਹਾਂ ਲੋਕ ਕਿਸੇ ਦੀ ਔਲਾਦ ਨੂੰ ਬਦਦੁਆ ਦੇਣੀਆਂ, ਠੀਕ ਹੈ, ਵੈਸੇ ਉਸ ਚੀਜ਼ ਤੋਂ ਤਰਸਣਾ, ਠੀਕ ਹੈ, ਦੂਸਰਿਆਂ ਵੱਲ ਦੇਖ ਕੇ ਜੈਲਸੀ ਫੀਲ ਕਰਨੀ, ਤਾਂ ਉਹਨਾਂ ਦੀ ਔਲਾਦ ਨੂੰ ਬਦਦੁਆ ਦੇਣੀਆਂ। ਅਤੇ ਮਾਂ ਐਵੇਂ, ਮੈਂ ਅੱਜ ਤਾਂ ਕਨਫਰਮ ਕਰ ਰਿਹਾ ਕਿ ਉਹ ਗੁੱਜਰ ਜੀ ਅਲੀਵੀਰ ਆ। ਕਿਸ ਤਰ੍ਹਾਂ, ਮੈਂ ਕਿਸ ਤਰ੍ਹਾਂ ਕਨਫਰਮ ਕਰ ਰਿਹਾ ਉਹ ਅਲੀਵੀਰ ਕਿਸ ਤਰ੍ਹਾਂ? ਕਿਉਂਕਿ ਬਾਈ ਸ਼ਾਇਦ ਇਹਨੇ ਤਾਂ ਇਹਨੇ ਤਾਂ ਨਾਲ ਰਿਹਾ ਨਾ, ਇਹ ਅੱਗੇ ਵੀ ਜਦੋਂ ਬੜੇ ਅਰਸੇ ਤੋਂ ਇਹਨੇ ਆਈ ਡੀ ਬਣਾਈ ਹੋਈ ਆਪਣੀ ਵਾਲੀ। ਬਾਈ ਸ਼ਾਹ ਨੂੰ ਜੋ ਨਾਲ ਸੀ ਨਾ, ਉਦੋਂ ਵੀ ਇੱਕ ਮਿੰਟ ਕਰਦਾ ਹੁੰਦਾ ਸੀਗਾ, ਜਿਸ ਤਰ੍ਹਾਂ ਮੇਰੇ ਨਾਲ ਬਾਈ ਸ਼ਾਇਦ ਆ। ਮੈਂ ਅਕਸਰ ਆਪਣੀ ਆਈ ਡੀ ਦਾ ਨਾਲ ਲੈ ਦਿੰਦਾ, ਬਾਈ ਸ਼ਾਹ ਨੂੰ ਪਤਾ ਕਿ ਅਰਸਾਂ ਦੀ ਇਹ ਵਾਲੀ ਆਈ ਡੀ ਆ। ਠੀਕ ਹੈ, ਬਾਈ ਸ਼ਾਹ ਨੂੰ ਪਤਾ ਵੀ ਸੀ ਕਿ ਇਹ ਆਈ ਡੀ ਉਹਦੀ ਹੈ। ਬਾਕੀ ਜਿਹੜੇ ਫਿਰ ਮੈਂ ਤਾਂ ਫਿਰ ਇੱਕੋ ਚੀਜ਼ ਦਾ ਨਜ਼ਰੀਆ ਰੱਖ ਸਕਦਾ ਵਾਂ, ਠੀਕ ਹੈ, ਬਾਕੀ ਮੈਂ ਸੱਚ ਸਾਹਮਣੇ ਲੈ ਕਹਿੰਦਾ ਵਾ, ਉਹਨੂੰ ਨਾਪ ਤੋੜ ਕੇ ਉਹਦੇ ਵਿੱਚੋਂ ਉਹਦੇ ਵਿੱਚ ਫਰਕ ਕਰਨਾ ਤੁਹਾਡਾ ਕੰਮ ਆ, ਕਿਉਂਕਿ ਤੁਸੀਂ ਮੇਰੇ ਭੈਣ ਭਾਈ ਜਿਸ ਚੀਜ਼ ਤੋਂ ਨਾ ਵਾਕਫ ਸੀਗੇ, ਉਹ ਚੀਜ਼ ਮੈਂ ਤੁਹਾਡੇ ਸਾਹਮਣੇ ਸ਼ੇਅਰ ਕੀਤੀ।
ਠੀਕ ਹੈ, ਬਾਕੀ ਜ਼ਿੰਦਗੀ ਦੇ ਮਾਮਲਾ ਤਾਂ ਚੱਲਦੇ ਰਹਿਣੇ ਆ, ਕਿਸੇ ਨਾਲ ਜਾਤੀ ਨਾਤ ਕਰਨੀ ਹੈ ਅਤੇ ਨਾ ਹੀ ਕਿਸੇ ਨਾਲ ਜਾਤੀ ਜਿਹੜੀ ਹੁੰਦੀ ਬਰਦਾਸ਼ਤ ਕਰਨੀ ਹੈ। ਜੇ ਇਹਨਾਂ ਨੂੰ ਖੁਦਾ ਦਾ ਖੌਫ ਹੋਵੇ ਨਾ ਤਾਂ ਇਹ ਇਸ ਤਰ੍ਹਾਂ ਦੇ ਕੰਮ ਕਦੇ ਨਾ ਕਰਨ, ਕਿਉਂਕਿ ਇਹਨਾਂ ਨੂੰ ਖੁਦਾ ਦਾ ਖੌਫ ਨਹੀਂ ਹੈ। ਅਗਰ ਖੁਦਾ ਦਾ ਖੌਫ ਹੁੰਦਾ ਤਾਂ ਕਦੀ ਵੀ ਇਹਨਾਂ ਕਿਸੇ ਨੇ ਜਾਤੀ ਨਹੀਂ ਸੀ ਕਰਨੀਆਂ, ਕਿਉਂਕਿ ਜਿੰਨੀ ਗੁਲਾਮੀ ਅਸੀਂ ਇਹਨਾਂ ਦੀ ਕੀਤੀ ਹੈ ਕਿਸੇ ਨੇ ਨਹੀਂ ਕੀਤੀ। ਅਸੀਂ ਜਿੰਨੀ ਇਹਨਾਂ ਦੀ ਗੁਲਾਮੀ ਕੀਤੀ ਨਾ, ਇੰਨੀ ਗੁਲਾਮੀ ਕਿਸੇ ਵੀ ਇਹਨਾਂ ਦੀ ਨਹੀਂ ਕੀਤੀ। ਅਤੇ ਚਲੋ ਜਿਹਨਾਂ ਭੈਣ ਭਾਈ ਨੂੰ ਹਜੇ ਵੀ ਡਾਊਟ ਨਾ, ਉਹਨੂੰ ਕਮੈਂਟ ਕਰਕੇ ਆਖਣ ਕਿ ਇਸ ਚੀਜ਼ 'ਤੇ ਵਲੌਗ ਬਣਾ ਕੇ ਸ਼ੇਅਰ ਕਰੇ ਕਿ ਮੈਂ ਅਰਸਲਾਨ ਔਰ ਉਜ਼ਮਾ ਆਪੀ ਦੇ ਬੱਚਿਆਂ ਨੂੰ ਬਦਵਾ ਨਹੀਂ ਦਿੱਤੀ ਜਾਂ ਮੇਰੀ ਆਈਡੀ ਨਹੀਂ ਹੈ, ਕਿਉਂਕਿ ਇਹ ਕੰਮ ਉਹਨੇ ਕਦੇ ਵੀ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਝੂਠਾ ਝੂਠਾ ਹੀ ਹੁੰਦਾ, ਠੀਕ ਨਾ? ਅਤੇ ਝੂਠੇ ਬੰਦੇ ਦਾ ਸਾਥ ਦੇਣ ਵਾਲੇ ਵੀ ਉਹਦੇ ਵਰਗੇ ਹੀ ਹੈ, ਫਿਰ ਜੋ ਮਰਜ਼ੀ ਕਰ ਲੈਣ, ਚਾਹੇ ਜੋ ਮਰਜ਼ੀ ਆਖੀ ਜਾਣ, ਉਹ ਵੀ ਉਹਦੇ ਵਰਗੇ ਆ।